ਇੰਡਸਟਰੀ ਦੀਆਂ ਸਭ ਤੋਂ ਤੇਜ਼ ਖਬਰਾਂ ਦੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਣਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮਾਸਟਰ ਜੀ ਵੱਲੋਂ ਤੁਹਾਡਾ ਸਵਾਗਤ ਹੈ ਦੇਸੀ ਤੜਕਾ ਚੈਨਲ 'ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਸ਼ਹੂਰ ਗੈਂਗਸਟਰ ਜੋ ਕਿ ਕੱਲ੍ਹ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ, ਬਿੱਕੀ ਗੌਂਡਰ ਉਰਫ ਹਰਜਿੰਦਰ ਸਿੰਘ, ਜੋ ਕਿ ਪਿੰਡ ਬਾਦਲਪੁਰ ਦਾ ਰਹਿਣ ਵਾਲਾ ਸੀ। ਬਿੱਕੀ ਗੌਂਡਰ ਉਰਫ ਹਰਜਿੰਦਰ ਸਿੰਘ ਗਰੀਬ ਜ਼ਿੰਮੀਦਾਰਾਂ ਦਾ ਕੱਲਾ ਪੁੱਤ ਸੀ, ਜੋ ਕਿ 8ਵੀਂ ਕਲਾਸ ਪਿੰਡ ਦੇ ਸਕੂਲ ਤੋਂ ਕਰਨ ਤੋਂ ਬਾਅਦ ਜਲੰਧਰ ਸਕੂਲ ਦੇ ਵਿੱਚ ਐਡਮਿਸ਼ਨ ਲੈਂਦਾ ਹੈ। ਉਸ ਤੋਂ ਬਾਅਦ ਸੁਨਹਿਰੀ ਭਵਿੱਖ ਦੇ ਲਈ ਅੱਗੇ ਆਪਣੇ ਭਵਿੱਖ ਦੀ ਤਿਆਰੀ ਕਰਦਾ ਹੈ ਅਤੇ ਇੱਕ ਵਧੀਆ ਖਿਡਾਰੀ, ਵਧੀਆ ਸਪੋਰਟਸਮੈਨ, ਅਤੇ ਉਸ ਨੂੰ ਜਵਾਨੀ ਦੇ ਜੋਸ਼ ਵਿੱਚ ਪਤਾ ਹੀ ਨਹੀਂ ਲੱਗਦਾ ਕਦੋਂ ਗਲਤ ਸੰਗਤ ਦੇ ਵਿੱਚ ਪੈ ਕੇ ਅੱਗੇ ਜੁਰਮ ਦੀ ਦੁਨੀਆ ਦੇ ਵਿੱਚ ਆਪਣਾ ਕਦਮ ਰੱਖ ਲੈਂਦਾ। ਉਸ ਤੋਂ ਬਾਅਦ ਸੁੱਖੋ ਕੱਲ ਵਰਗਾ ਇੱਕ ਪੱਗ ਬੱਟ ਯਾਰ ਮਿਲ ਜਾਂਦਾ ਹੈ ਅਤੇ ਦੁਨੀਆ ਫਤਿਹ ਕਰਨ ਦੇ ਸੁਪਨੇ ਮਨ ਦੇ ਵਿੱਚ ਆ ਜਾਂਦੇ ਨੇ ਅਤੇ ਕਦੋਂ ਅਪਰਾਧ ਦੀ ਦੁਨੀਆ ਦੇ ਵਿੱਚ ਪੈਰ ਧਸਦੇ ਚਲੇ ਗਏ ਪਤਾ ਹੀ ਨਹੀਂ ਲੱਗਦਾ। ਉਸ ਇਹ ਜ਼ਿੰਦਗੀ ਲੈਂਦੀ ਹੈ ਇੱਕ ਅਲੱਗ ਮੋੜ। ਉਹ ਦਿਨ ਆਉਂਦਾ ਹੈ ਜਦੋਂ ਸੁੱਖਾ ਕਾਲੋਂ ਅਤੇ ਬਿੱਕੀ ਗੌਂਡਰ ਉਰਫ ਹਰਜਿੰਦਰ ਸਿੰਘ ਦੇ ਵਿੱਚ ਦੁਸ਼ਮਣੀ ਪੈਦਾ ਹੋ ਜਾਂਦੀ ਹੈ ਅਤੇ ਦੁਸ਼ਮਣੀ ਇਸ ਹੱਦ ਤੱਕ ਖਤਰਨਾਕ ਹੋ ਜਾਂਦੀ ਹੈ ਕਿ 15 ਜਨਵਰੀ 2015 ਦੇ ਸੁੱਖਾ ਕਾਲੋਂ ਦਾ ਕਤਲ ਕੀਤਾ ਜਾਂਦਾ ਹੈ ਪੁਲਿਸ ਕਸਟਡੀ ਦੇ ਵਿੱਚ ਅਤੇ ਉਸ ਕਤਲ ਦੇ ਵਿੱਚ ਨਾਂ ਆਉਂਦਾ ਹੈ ਬਿੱਕੀ ਗੌਂਡਰ ਉਰਫ ਹਰਜਿੰਦਰ ਸਿੰਘ ਦਾ ਅਤੇ ਉਸ ਤੋਂ ਬਾਅਦ ਬਿੱਕੀ ਗੌਂਡਰ ਦਾ ਨਾਂ ਅਪਰਾਧ ਦੀ ਦੁਨੀਆ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਜਾਂਦਾ। ਉਸ ਤੋਂ ਬਾਅਦ ਬਿੱਕੀ ਗੌਂਡਰ ਨੂੰ ਤਰਨ ਤਾਰਨ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਤਰਨ ਤਾਰਨ ਜੇਲ੍ਹ ਦੇ ਵਿੱਚ ਵੀ ਕਾਫੀ ਸਾਰੀਆਂ ਲੜਾਈਆਂ ਦੇ ਵਿੱਚ ਸ਼ਮੂਲੀਅਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ। ਲੜਾਈ ਝਗੜਿਆਂ ਤੋਂ ਬਾਅਦ ਬਿੱਕੀ ਗੌਂਡਰ ਨੂੰ ਨਾਭਾ ਜੇਲ੍ਹ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਤਰਨ ਤਾਰਨ ਜੇਲ੍ਹ ਤੋਂ। ਅਤੇ ਉਸ ਤੋਂ ਬਾਅਦ ਦਿਨ ਆਉਂਦਾ ਹੈ 30 ਅਪ੍ਰੈਲ ਦਾ, ਜਦੋਂ ਜਸਵਿੰਦਰ ਸਿੰਘ ਰੌਕੀ ਦਾ ਮਰਡਰ ਹੁੰਦਾ ਹੈ ਅਤੇ ਮਰਡਰ ਤੋਂ ਬਾਅਦ ਬਿੱਕੀ ਗੌਂਡਰ ਜੇਲ੍ਹ ਦੇ ਵਿੱਚੋਂ ਹੀ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਆਪਣੀ ਖੁਸ਼ੀ ਜੱਗ ਜ਼ਾਹਿਰ ਕਰਦਾ ਹੈ ਅਤੇ ਸ਼ਰੇਆਮ ਲੋਕਾਂ ਦੇ ਸਾਹਮਣੇ ਆਪਣਾ ਉਸ ਕਤਲ ਦੇ ਵਿੱਚ ਹੋਣ ਦਾ ਸਬੂਤ ਜੱਗ ਜ਼ਾਹਿਰ ਕਰਦਾ ਹੈ। ਅਤੇ ਉਸੇ ਮਹੀਨੇ ਦੇ ਵਿੱਚ ਹੀ ਬਠਿੰਡਾ ਦੇ SSP ਨੂੰ ਵੀ ਜੇਲ੍ਹ ਦੇ ਵਿੱਚੋਂ ਹੀ ਬਿੱਕੀ ਗੌਂਡਰ ਧਮਕਿਆ ਦਿੰਦਾ ਹੈ, ਕਿਉਂਕਿ ਜਸਵਿੰਦਰ ਸਿੰਘ ਰੌਕੀ ਦੇ SSP ਨਾਲ ਬਹੁਤ ਨਜ਼ਦੀਕੀ ਲਿੰਕ ਸਨ। ਇਹਨਾਂ ਲਿੰਕਾਂ ਦੇ ਕਾਰਨ ਹੀ ਉਹਨਾਂ ਨੂੰ ਬਿੱਕੀ ਗੌਂਡਰ ਜੇਲ੍ਹ ਦੇ ਵਿੱਚੋਂ ਹੀ ਧਮਕਿਆ ਦਿੰਦਾ ਹੈ। ਅਤੇ ਉਸ ਤੋਂ ਬਾਅਦ ਦਿਨ ਆਉਂਦਾ ਹੈ 22 ਨਵੰਬਰ 2016 ਦਾ, ਜਦੋਂ ਬਿੱਕੀ ਗੌਂਡਰ ਨੂੰ ਘੱਟੋ ਘੱਟ 15 ਤੇ 16 ਵਿਅਕਤੀ ਪੁਲਿਸ ਦੀ ਵਰਦੀ ਪਾ ਕੇ ਜੇਲ੍ਹ ਵਿੱਚੋਂ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਫਿਲਮੀ ਸਟਾਈਲ ਦੇ ਵਿੱਚੋਂ ਬਾਹਰ ਲੈ ਜਾਂਦੇ ਹਨ। ਅਤੇ ਉਸ ਤੋਂ ਬਾਅਦ ਬਿੱਕੀ ਗੌਂਡਰ ਦਾ ਅਪਰਾਧਿਕ ਚਿਹਰਾ ਸਾਹਮਣੇ ਆਉਂਦਾ ਹੈ ਜਦੋਂ ਪੰਜਾਬ, ਹਰਿਆਣਾ ਅਤੇ UP ਵਰਗੀਆਂ ਸਟੇਟਾਂ ਦੇ ਵਿੱਚ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਸਭ ਤੋਂ ਟੌਪ 'ਤੇ ਬਿੱਕੀ ਗੌਂਡਰ ਦਾ ਨਾਂ ਆਉਂਦਾ ਹੈ। ਤਿੰਨੇ ਸਟੇਟਾਂ ਦੀ ਪੁਲਿਸ ਰਲ ਕੇ ਕ੍ਰਿਮੀਨਲ ਇੰਟੈਲੀਜੈਂਸ ਬਿਊਰੋ ਨੂੰ ਰੱਖ ਕੇ ਇੱਕ ਪੂਰੀ ਤਕਨੀਕ ਦੇ ਨਾਲ ਇਸ ਦਾ ਪਿੱਛਾ ਕਰਦੇ ਹਾਂ ਅਤੇ ਇਸ ਨੂੰ ਟਰੈਕ ਕਰਿਆ ਜਾਂਦਾ ਹਰ ਜਗ੍ਹਾ 'ਤੇ। ਅਤੇ ਉਸ ਤੋਂ ਬਾਅਦ ਦਿਨ ਆਉਂਦਾ 26 ਜਨਵਰੀ 2018 ਅਤੇ ਮਿਲੀ ਇੱਕ ਗੁਪਤ ਸੂਚਨਾ ਦੇ ਅਨੁਸਾਰ ਬਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੂੰ ਇੱਕ ਜਗ੍ਹਾ 'ਤੇ ਘੇਰ ਲਿਆ ਜਾਂਦਾ ਹੈ। ਉਸ ਤੋਂ ਬਾਅਦ ਉਹ ਭੱਜਣ ਦੀ ਕੋਸ਼ਿਸ਼ ਕਰਦੇ ਨੇ ਅਤੇ ਇੱਕ ਜਗ੍ਹਾ ਰੁਕ ਜਾਂਦੇ ਨੇ। ਪੁਲਿਸ ਉਹਨਾਂ ਨੂੰ ਗ੍ਰਿਫਤਾਰ ਹੋਣ ਦੇ ਲਈ ਜਾਂ ਸਰੈਂਡਰ ਹੋਣ ਦੇ ਲਈ ਉਹਨਾਂ ਅੱਗੇ ਅਨਾਊਂਸਮੈਂਟ ਕੀਤੀ ਜਾਂਦੀ ਹੈ, ਬਟ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਵੱਲੋਂ ਪੁਲਿਸ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ, ਜਿਸ ਦੇ ਵਿੱਚ 2 ਪੁਲਿਸ ਕਰਮੀ ਵੀ ਜ਼ਖਮੀ ਹੋ ਜਾਂਦੇ ਨੇ। ਅਤੇ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਬਿੱਕੀ ਗੌਂਡਰ ਅਤੇ ਉਸਦਾ ਸਾਥੀ ਉਸੇ ਥਾਂ 'ਤੇ ਢੇਰ ਹੋ ਜਾਂਦੇ ਨੇ ਅਤੇ ਇਸ ਤਰ੍ਹਾਂ ਇੱਕ ਵੱਡੇ ਨਾਮ ਦਾ ਅੰਤ ਹੁੰਦਾ ਹੈ 26 ਜਨਵਰੀ 2018। ਇਹ ਦਿਨ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ ਅਤੇ ਇਸ ਦਿਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਨੇ ਵੀ ਪੁਲਿਸ ਨੂੰ ਵਧਾਈ ਦਿੱਤੀ ਹੈ ਅਤੇ ਹੋਰ ਬਹੁਤ ਸਾਰੇ ਆਫਿਸਰ ਨੇ ਆਪਣੀ ਵੱਡੀ ਕਾਮਯਾਬੀ ਦੱਸੀ ਹੈ ਕਿ ਪੰਜਾਬ ਦੇ ਵਿੱਚ ਅਪਰਾਧ ਦੇ ਇੱਕ ਦੌਰ ਦਾ ਵੱਡਾ ਅੰਤ ਹੋ ਗਿਆ ਹੈ। ਅਤੇ ਇਸੇ ਤਰ੍ਹਾਂ ਦੀਆਂ ਤਾਜ਼ਾ ਖਬਰਾਂ ਅਤੇ ਨਵੇਂ ਅਪਡੇਟਸ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਦੇ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਅਸੀਂ ਆਪਣੀ ਹਰ ਅਪਡੇਟ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।